ਪਰਮ ਸਤਕਾਰਯੋਗ ਸਾਸੰਗੇ ਜੀ ਸਾਰੇ ਆਖ ਲਈਏ ਤਾਂਸੀ ਸਾਗੂ ਜਗਜੀਤ ਸਿੰਘ ਜੀ ਰਚਨਾ ਪਵਿੱਤਰ ਕਰੀਏ ਆਖੀਏ ਤਾਂਸੀ ਸਾਗੁਰੂ ਉਦੇਸ ਸਿੰਘ ਜੀ ਸਾਖੀ ਦਾ ਟਾਈਟਲ ਹੈ ਅੱਜ ਨੀਹੋ ਲਾਇਆ ਜੀ ਮੈਂ ਕਾਰੀਗਰ ਜਾਣ ਕੇ ਸਾਡਾ ਨੀਹੋ ਸਰੀਰ ਦੇ ਰਚਨ ਹਾਂ ਸਾਗੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਜੀ ਨਾਲ ਹੈ ਇੱਕ ਲੱਕੜੀ ਦਾ ਕਾਰੀਗਰ ਲੱਕੜੀ ਦੇ ਵਲਵਿੰਗ ਕੱਢ ਕੇ ਸਿੱਧੀ ਕਰ ਲੈਂਦਾ ਹੈ ਮਕਾਨ ਵਾਲਾ ਮਕਾਨ ਨੂੰ ਸਵਾਰ ਲੈਂਦਾ ਹੈ ਸਾਡਾ ਕਾਰੀਗਰ ਇਹ ਜੀਹਾ ਹੈ ਜਿਹੜਾ ਸਰੀਰ ਦੇ ਵਲਵਿੰਗ ਕੱਢ ਕੇ ਉਹਨੂੰ ਸਵਾਰ ਸਕਦਾ ਹੈ ਜਿਸ ਬੀਬੀ ਵਾਸਤੇ ਡਾਕਟਰਾਂ ਨੇ ਫੈਸਲਾ ਦੇ ਦਿੱਤਾ ਹੋਇਆ ਹੈ ਕਿ ਇਹ ਮਾਂ ਨਹੀਂ ਬਣ ਸਕਦੀ ਇਸ ਦਾ ਸਰੀਰ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਪਰ ਸਤਗੁਰ ਦੇ ਹੁਕਮ ਅਨੁਸਾਰ ਭਜਨ ਦੀ ਮਾਲਾ ਅਤੇ ਭਗਉਤੀਆਂ ਦੀ ਮਾਲਾ ਕਰਨ ਨਾਲ ਉਸ ਦੀ ਗੋਦ ਹਰੀ ਹੋ ਜਾਵੇ ਤਾ ਇਸ ਤੋਂ ਵੱਡਾ ਕ੍ਰਿਸ਼ਮਾ ਹੋਰ ਕੀ ਹੋ ਸਕਦਾ ਹੈ ਇਸ ਦਾ ਪ੍ਰਤਾਕ ਪ੍ਰਮਾਨ ਇਹ ਸਾਖੀ ਤੋਂ ਮਿਲਦਾ ਹੈ ਇਹ ਸਾਖੀ ਬਰਮਿੰਗਮ ਇੰਗਲੈਂਡ ਰਹਿਣ ਵਾਲੇ ਬੀਬੀ ਸੁਖਬੀਰ ਕੌਰ ਜੀ ਜਿਹੜੇ ਪਹਿਲਾਂ ਲੁਧਿਆਣੇ ਰਹਿੰਦੇ ਸਨ ਉਹਨਾਂ ਦੀ ਆਪਣੀ ਜਵਾਨੀ ਹੈ ਉਹ ਦੱਸਦੇ ਹਨ ਕਿ ਮੇਰੀ ਲੜਕੀ ਗੁਰਪ੍ਰੀਤ ਸਿੰਘ ਦੇਵਗਨ ਦਾ ਵਿਆਹ ਸਨ 2002 ਵਿੱਚ ਹੋਇਆ 2-3 ਸਾਲ ਕੋਈ ਬੱਚਾ ਹੀ ਨਾ ਹੋਇਆ ਉਸ ਵਕਤ ਲड़का इंग्लैंड ਰਹਿੰਦਾ ਸੀ ਉਹ ਆਉਂਦਾ ਰਹਿ ਕੇ ਚਲਾ ਜਾਂਦਾ ਪਰ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਅਸੀਂ ਪਹਿਲਾਂ ਮਾਡਲ ਟਾਊਨ ਦੀਪ ਹਸਪਤਾਲ ਵਿੱਚ ਲੜਕੀ ਅਤੇ ਲੜਕੇ ਦਾ ਚੈੱਕਅਪ ਕਰਵਾਇਆ ਕਿ ਜੇਕਰ ਕੋਈ ਕਮਜ਼ੋਰੀ ਹੋਵੇ ਅਤੇ ਦਵਾਈ ਦੀ ਲੋੜ ਹੋਵੇ ਤਾਂ ਦਵਾਈ ਦਵਾ ਦਿੰਦੇ ਹਾਂ ਬੱਚਾ ਜਾਈਦਾ ਹੈ ਡਾਕਟਰਾਂ ਨੇ ਕਿਹਾ ਕਿ ਲੜਕਾ ਤਾਂ ਠੀਕ ਹੈ ਪਰ ਲੜਕੀ ਦੀਆਂ ਟਿਊਬ ਬੰਦ ਹਨ ਬੱਚਾ ਨਹੀਂ ਹੋ ਸਕਦਾ ਹਾਂ ਟੈਸਟ ਟਿਊਬ ਬੇਬੀ ਹੋ ਸਕਦਾ ਹੈ ਅਸੀਂ ਕਿਹਾ ਕਿ ਚਲੋ ਇੱਕ ਹੋਰ ਡਾਕਟਰ ਇਕਬਾਲ ਸਿੰਘ ਨੂੰ ਵੀ ਵਖਾ ਦੇਂਦੇ ਹਾਂ ਉਸ ਨੇ ਵੀ ਬੜੇ ਐਕਸਰੇ ਵਗੈਰਾ ਕਰਕੇ ਕਿਹਾ ਕਿ ਟਿਊਬ ਬੰਦ ਹੈ ਬੱਚਾ ਨਹੀਂ ਹੋ ਸਕਦਾ ਤੁਸੀਂ ਟੈਸਟ ਟਿਊਬ ਬੇਬੀ ਦਾ ਇਲਾਜ ਕਰਵਾ ਲਵੋ ਅਸੀਂ ਕਿਹਾ ਕਿ ਚਲੋ ਇਸ ਤਰ੍ਹਾਂ ਹੀ ਕਰ ਲੈਂਦੇ ਹਾਂ ਉਸ ਨੇ ਸਾਡੇ ਕੋਲੋਂ 3 ਲੱਖ ਰੁਪਇਆ ਲੈ ਲਿਆ ਅਤੇ 3 ਵਾਰੀ ਕੋਸ਼ਿਸ਼ ਕੀਤੀ ਪਰ ਕੁਝ ਨਾ ਬਣਿਆ ਸਾਡਾ ਮਨ ਬਹੁਤ ਹੀ ਉਦਾਸ ਹੋ ਗਿਆ ਇਸ ਦੌਰਾਨ ਲੜਕਾ ਇੰਗਲੈਂਡ ਚਲਾ ਗਿਆ ਸਾਡੀ ਨੂ ਵੀ ਵੀਜ਼ਾ ਸਾਡੀ ਨੂ ਨੂੰ ਵੀ ਵੀਜ਼ਾ ਮਿਲ ਗਿਆ ਉਹ ਵੀ ਇੰਗਲੈਂਡ ਚਲੀ ਗਈ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਅੱਗੇ ਅਰਜ਼ ਕਰ ਗਈ ਕਿ ਜਿੱਥੇ ਆਪ ਜੀ ਨੇ ਵਿਆਹ ਕੀਤਾ ਹੈ ਉਹ ਮਾਪੇ ਦਾ ਇੱਕੋ ਹੀ ਬੇਟਾ ਹੈ ਮੈਨੂੰ ਬੱਚੇ ਦੀ ਦਾਤ ਦਿਓ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤੁਸੀਂ ਦੋਵੇਂ ਜੀ ਤੜਕੇ ਉੱਠ ਕੇ ਇੱਕ ਮਾਲਾ ਨਾਮ ਸਿਮਰਨ ਦੀ ਅਤੇ ਇੱਕ ਮਾਲਾ ਪਗਉਤੀਆਂ ਦੀ 40 ਦਿਨ ਕਰੋ ਜਦੋਂ 40 ਦਿਨ ਹੋ ਗਏ ਤਾਂ ਉਹਨਾਂ ਨੇ ਪਾਤਸ਼ਾਹ ਜੀ ਅੱਗੇ ਅਰਜ਼ ਕੀਤੀ ਕਿ 40 ਦਿਨ ਹੋ ਗਏ ਹਨ ਅੱਗੋਂ ਕੀ ਹੁਕਮ ਹੈ ਤਾਂ ਪਾਤਸ਼ਾਹ ਜੀ ਨੇ ਕਿਹਾ ਕਿ ਠੀਕ ਹੈ ਕੋਈ ਹੁਕਮ ਨਾ ਦਿੱਤਾ ਮੇਰੇ ਲੜਕੇ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਹੁਣ ਤਾਂ ਬਹੁਤ ਦੇਰ ਹੋ ਗਈ ਹੈ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜੇ ਭਾਗਾ ਵਿੱਚ ਨਾ ਹੋਵੇ ਮੁੰਡਾ ਚੁੱਪ ਗਾਰ ਗਿਆ ਅੱਗੂ ਕੁਛ ਨਾ ਬੋਲਿਆ ਥੋੜੀ ਦੇਰ ਬਾਅਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤਗੜੇ ਹੋ ਕੇ ਭਜਨ ਕਰੋ ਇਸ ਤੋਂ ਬਾਅਦ ਉਹ ਦੋਵੇਂ ਜੀ ਲੇਡੀ ਡਾਕਟਰ ਕੋਲੋਂ ਸਲਾਹ ਲੈਣ ਲਈ ਗਏ ਕਿ ਅਸੀਂ ਟੈਸਟ ਉਹ ਬੇਬੀ ਦਾ ਇਲਾਜ ਕਰਾਉਣਾ ਹੈ ਲੇਡੀ ਡਾਕਟਰ ਮੇਮ ਸੀ ਉਹ ਕਹਿਣ ਲੱਗੀ ਕਿ ਫਿੰਗਰ ਕਰਾਸ ਕਰਕੇ ਰੱਖ ਮੈਂ ਤੈਨੂੰ ਖੁਸ਼ਖਬਰੀ ਦੇਣੀ ਹਾਂ ਤੇਰੇ ਬੱਚਾ ਹੋਣ ਵਾਲਾ ਹੈ ਵੇਖੋ ਕਿੱਧਰ ਗਈ ਡਾਕਟਰਾਂ ਦੀ ਡਾਕਟਰੀ ਜਿਹੜੀ ਟੈਸਟ ਵੀ ਬੇਬੀ ਦੇ ਇਲਾਜ ਵਿੱਚ ਵੀ ਫੇਲ ਹੋ ਗਈ ਅਤੇ ਜਿਹੜਾ ਡਾਕਟਰਾਂ ਦਾ ਡਾਕਟਰ ਹੈ ਉਹ ਭਜਨ ਅਤੇ ਭਗੋਤੀਆਂ ਦੀ মালা ਦੀ ਦਵਾਈ ਨਾਲ ਬੱਚਾ ਦੇ ਦਿੰਦਾ ਹੈ ਤਾਂ ਹੀ ਤਾਂ ਕਹਿੰਦੀ ਹਾਂ ਸਾਰਾ ਜੱਗ ਢੋਂਡਿਆ ਮੈਂ ਵੈਦ ਨਹੀਂ ਲਬਿਆ ਲਬਿਆ ਏ ਭੈਣੀ ਸਹਬ ਜਾਂ ਨਿਸੰਗ ਤੇ ਲਬਿਆ ਏ ਭੈਣੀ ਸਹਬ ਜਾਂ ਟੀਕਾ ਨਹੀਂ ਲੋਂਦਾ ਉਹ ਗੋਲੀ ਨਹੀਂ ਦਿੰਦਾ ਨਾਮ ਵਾਲੀ ਦਿੰਦਾ ਹੈ ਦੁਆ ਨਿਸੰਗ ਤੇ ਨਾਮ ਵਾਲੀ ਦਿੰਦਾ ਹੈ ਦੁਆ ਫਿਰ ਉਹ ਬੱਚੀ ਮਾਂ ਦੇ ਪੇਟ ਵਿੱਚ ਹੀ ਸੁਪਨੇ ਵਿੱਚ ਮਾਂ ਨੂੰ ਕਹਿੰਦੀ ਸੀ ਕਿ ਮੇਰਾ ਨਾਂ ਗੰਗਾ ਰੱਖਿਆ ਜੇ ਜਦੋਂ ਪੈਦਾ ਹੋਣ ਦਾ ਸਮਾਂ ਆਇਆ ਤਾਂ ਉਹ ਜਨਮ ਨਾ ਲਵੇ ਡਾਕਟਰ ਕਹਿਣ ਲੱਗਾ ਕਿ ਮੈਨੂੰ 32 ਸਾਲ ਹੋ ਗਏ ਹਨ ਮੈਂ ਅਜੇ ਹਾਂ ਬੱਚਾ ਨਹੀਂ ਵੇਖਿਆ ਜਿਹੜਾ ਜਨਮ ਹੀ ਨਹੀਂ ਲੈ ਰਿਹਾ ਬੱਚੇ ਦੀ ਧੜਕਣ ਬੰਦ ਹੋ ਗਈ ਇਹ ਵੇਖ ਕੇ ਡਾਕਟਰ ਕਹਿਣ ਲੱਗਾ ਕਿ ਮੈਨੂੰ ਮੇਜਰ ਆਪਰੇਸ਼ਨ ਕਰਨਾ ਪਵੇਗਾ ਇਹ ਕਹਿ ਕੇ ਉਹ ਚਲਾ ਗਿਆ ਅਸੀਂ ਉੱਥੇ ਉਥੋਂ ਸੱਚੇ ਪਾਤਸ਼ਾਹ ਜੀ ਅੱਗੇ ਅਰਜ਼ ਕਰਨ ਲਈ ਟੈਲੀਫੋਨ ਕੀਤਾ ਤਾਂ ਸੰਤ ਰਛਪਾਲ ਸਿੰਘ ਜੀ ਨੇ ਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ ਉਸੇ ਸਮੇਂ ਧੜਕਨ ਸ਼ੁਰੂ ਹੋ ਗਈ ਅਤੇ ਨਾਰਮਲ ਬੱਚੀ ਪੈਦਾ ਹੋਈ ਸੱਚੇ ਪਾਤਸ਼ਾਹ ਜੀ ਅੱਗੇ ਉਸ ਦਾ ਨਾਂ ਪੁੱਛਣ ਵਾਸਤੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਵੀ ਉਹਦਾ ਨਾਮ ਗੰਗਾ ਹੀ ਰੱਖਿਆ ਧਾਨ 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 ਹਨ ਕੌਤਕ ਹਾਰ ਸ਼ੀਸਾਗੁਰ ਜੱਜੀਤ ਸਿੰਘ ਜੀ ਸੱਚੇ ਪਾਤਸ਼ਾਹ ਸਾਡੀ ਉਹਨਾਂ ਦੇ ਚੜਨਾ ਦੇ ਡੰਡੋਤ ਬੰਦਨਾ ਹੈ ਤਾਨ ਸੀ ਰਿਸਾਗੂ ਜਗਜੀਤ ਸਿੰਘ